ਕੀ ਕਹੋਗੇ ਜੋ ਘਟਨਾ ਹੋਈ ਹੈਗੀ ਆ ਇੱਥੇ ਫਾਟਕ ਦੇ, ਤੁਸੀਂ ਇੱਥੋਂ ਦੇ ਵਸਨੀਕ ਹੋ? ਘਟਨਾ ਬਾਰੇ ਜੋ ਮੇਰੇ ਨਾਲ ਹੀ ਰਹਿਸ਼ ਆ, 24 ਘੰਟੇ ਇੱਧਰ ਦੀ ਲੰਘਾ ਟੱਪਾ, ਇਹ ਅੱਜ ਦੀ ਸਮੱਸਿਆ ਇਹ ਕਈ 5-4 ਸਾਲ ਤੋਂ ਸਮੱਸਿਆ ਚੱਲੀ ਜਾਂਦੀ ਹੈ। ਹਰ 2 ਘੰਟੇ ਬਾਅਦ ਫਾਟਕ ਲੱਗ ਜਾਂਦਾ, ਇੰਨਾ ਕੁ ਜਾਮ ਹੁੰਦਾ ਇਹਦੇ 'ਚ, ਉੱਧਰੋਂ ਗੱਡੀਆਂ ਦੀ ਸਪੈਸ਼ਲ ਲੱਗੀ ਹੁੰਦੀ ਆ, ਛੋਟੇ ਛੋਟੇ ਬੱਚੇ ਆ, ਨਾ ਤਾਂ 3-4 ਸਕੂਲ ਆ, ਨਾ ਤਾਂ ਇਹ ਕੋਈ ਵੀ ਫੀਸਾਂ ਲੈ ਰਹੇ ਨੇ, ਕੋਈ ਬੱਚਿਆਂ ਦੀ ਕੋਈ ਪਰਵਰਿਸ਼ ਬਾਰੇ ਸੋਚ ਰਹੇ ਵੀ ਕੀ ਨੁਕਸਾਨ ਆ। ਜਿਹੜਾ ਜ਼ਿੰਮੇਵਾਰੀ ਆ ਸਾਰੀਆਂ ਸਕੂਲਾਂ ਦੀ ਅੱਜ ਜੋ ਘਟਨਾ ਵਾਪਰੀ ਆ, ਕਿਉਂਕਿ ਇਹਨਾਂ ਨੂੰ ਆਪਦੇ ਬੱਚੇ, ਇਹਨਾਂ ਨੂੰ ਪਤਾ ਜੋ ਛੁੱਟੀ ਹੋ ਜਾਂਦੀ ਆ ਉਹ ਤੋਂ ਬਾਅਦ ਕੋਈ ਵਾਲੀ ਵਾਰਸ ਨਹੀਂ। ਨਿੱਕੇ ਨਿੱਕੇ ਬੱਚੇ ਉਦੋਂ ਟਰੱਕ ਜਾਂਦੇ ਆ, ਉਧਰੋਂ ਬੱਚੇ ਥੱਲੇ ਹੀ ਟੱਪਦੇ ਆ, ਕਈ ਵਾਰ ਮੈਂ ਤਾਂ ਟੱਪਦਾ ਅਤੇ ਉਦੋਂ ਟਰੈਫਿਕ ਲੱਗ ਜਾਂਦਾ, ਜਿਹੜੀਆਂ ਨਵੀਆਂ ਛੋਟੀਆਂ ਸਕੂਟਰੀਆਂ ਆਈਆਂ ਉਧਰੋਂ ਉਹ ਪਸਾਲੇ ਦੇ, ਉਧਰੋਂ ਇਹ ਪਸਾਲੇ ਦੇ ਆ, ਘੰਟਾ ਘੰਟਾ ਇੱਥੇ ਜਾਮ ਲੱਗ ਰਹਿੰਦਾ, ਕੋਈ ਇੱਥੇ ਮੁਲਾਜ਼ਮ ਨਹੀਂ ਹੁੰਦਾ। ਅੱਜ ਕੀ ਘਟਨਾ ਹੋਈ ਹੈਗੀ? ਘਟਨਾ ਇਹ ਸੀ, ਉਹ ਫਾਟਕ ਲੱਗਿਆ ਹੋਇਆ ਸੀ ਅਤੇ ਬੱਚੇ ਨੂੰ ਸਕੂਲ ਛੱਡਣ ਜਾਂਦਾ ਪਿਆ ਸੀ, ਉਹ ਲੇਟ ਸੀ, ਉਦੋਂ ਟਰੱਕ ਟੱਪਣ ਲੱਗਾ ਅਤੇ ਬੱਚਾ ਬੁੜ ਕੇ ਥੱਲੇ ਡਿੱਗ ਪਿਆ, ਬੱਚਾ ਹਰ ਫਲ ਕੇ ਡਿੱਗ ਕੇ ਟਰੱਕ ਦੇ ਥੱਲੇ ਆ ਗਿਆ ਜੀ। ਕੀ ਇੰਸੀਡੈਂਟ ਹੋਇਆ ਔਰ ਕੀ ਵਾਪਰਿਆ ਹੈਗਾ, ਅੱਗੇ ਕੀ ਜਾਂਚ ਹੈ? ਅੱਜ ਸੁਬਹਾ ਸਾਨੂੰ 9 ਵਜੇ ਤਾਹ ਮਿਲੀ ਸੀ ਕਿ ਇੱਕ ਰੇਲਵੇ ਫਾਟਕ 'ਤੇ ਬੁੜਾ ਗੁਜਰ ਰੋਡ 'ਤੇ ਐਕਸੀਡੈਂਟ ਹੋਇਆ ਟਰੱਕ ਦਾ ਅਤੇ ਸਕੂਟਰੀ ਦਾ ਜੀ। ਅਸੀਂ ਮੌਕੇ 'ਤੇ ਗਏ ਸੀ, ਮੌਕੇ 'ਤੇ ਜਾ ਕੇ ਦੇਖਿਆ ਇੱਕ ਬੱਚੇ ਦੀ ਡੈੱਡ ਬੋਡੀ ਉੱਥੇ ਪਈ ਸੀ ਅਤੇ ਟਰੱਕ ਡਰਾਈਵਰ ਟਰੱਕ ਛੱਡ ਕੇ ਭੱਜ ਗਿਆ ਸੀਗਾ, ਸਕੂਟਰੀ ਦੇ ਵਿੱਚ ਟਰੱਕ ਵੱਜ ਆਇਆ ਸੀਗਾ ਅਤੇ ਅਸੀਂ ਬੱਚੇ ਦੀ ਡੈੱਡ ਬੋਡੀ ਆ, ਬੱਚੇ ਦਾ ਨਾਂ ਹੈਗਾ ਅਵਲਦੀਪ ਸਿੰਘ, ਅਸੀਂ ਸਰਕਾਰੀ ਹਸਪਤਾਲ ਪਹੁੰਚਾਤੀ ਆ ਅਤੇ ਅਸੀਂ ਅਗਲੀ ਕਾਰਵਾਈ ਬਿਆਨ ਲਿਖ ਕੇ ਕਰ ਰਹੇ ਹਾਂ ਜੀ।